हेलो फ्रेंड्स टुडेस टॉपिक इज डिस्क्राइब एन इंपॉर्टेंट डिसीजन जो मेड किसी इंपॉर्टेंट डिसीजन बारे डिस्क्राइब करो जेड़ा के तूसी लिया होवे सो यस दे क्यूज हैगे व्हाट वाज़ द डिसीजन इट सीन की सी व्हेन यू मेड इट कदों ए तूसी डिसीजन लिया टाइम दसना है हाउ यू मेड द डिसीजन किमे लिया डिसीजन एहे व्हाई वाज़ इट इंपॉर्टेंट अते ए इंपॉर्टेंट क्यों सी सो गाइस इफ यू आर वाचिंग माय वीडियो फर्स्ट टाइम देन प्लीज लाइक शेयर एंड सब्सक्राइब माय चैनल शो लर्न स्कर्ट स्टार्टर ਮੈਂ ਲਾਈ ਹੈ ਮੇਡ ਮੈਨੀ ਡਿਸੀਜਨਸ ਇਨ ਮਾਈ ਲਾਈਫ ਰਿਲੇਟਡ ਟੂ ਮਾਈ ਸਟੱਡੀ ਐਂਡ ਫਿਊਚਰ ਗੋਲਸ ਮੈਂ ਬਹੁਤ ਸਾਰੇ ਡਿਸੀਜਨ ਲਿਆ ਮੇਰੀ ਲਾਈਫ ਦੇ ਵਿੱਚ ਮੇਰੀ ਸਟੱਡੀ ਦੇ ਨਾਲ ਰਿਲੇਟਡ ਐਂਡ ਮੇਰੇ ਫਿਊਚਰ ਗੋਲਸ ਨੂੰ ਲੈ ਕੇ ਟੂਡੇ ਆਈ ਐਮ ਗੋਇੰਗ ਟੂ ਟਾਕ ਅਬਾਊਟ ਐਨ ਇੰਪੋਰਟੈਂਟ ਡਿਸੀਜਨ ਅੱਜ ਮੈਂ ਇੱਕ ਇੰਪੋਰਟੈਂਟ ਡਿਸੀਜਨ ਬਾਰੇ ਗੱਲ ਕਰਨ ਜਾ ਰਿਹਾ ਹਾਂ ਵਿਚ ਆਈ ਮੇਡ ਲਾਸਟ ਈਅਰ ਜਿਹੜਾ ਕਹ ਮੈਂ ਲਾਸਟ ਈਅਰ ਲਿਆ ਸੀ ਐਕਚੁਅਲੀ ਐਟ दैट ਟਾਈਮ ਆਈ ਵਾਸ ਫਰੀ ਆਫਟਰ ਮਾਈ ਗ੍ਰੈਜੂਏਸ਼ਨ ਅਸਲ ਵਿੱਚ ਉਸ ਟਾਈਮ ਮੈਂ ਫਰੀ ਸੀ ਮੇਰੀ ਗ੍ਰੈਜੂਏਸ਼ਨ ਤੋਂ ਬਾਅਦ so i was in dilemma how to utilize my time so main duvidha de vich si confusion de vich si ke main apne time nu utilize kivein karan then i discussed it with my mother us to baad main discuss kita is bare meri mother na and she suggested me to learn about cooking ate ohna ne mainu salah ditti cooking bare cooking sikhne bare but it was hard not to crack for me ਪਰ ਇਹ ਮੇਰੇ ਲਈ ਬਹੁਤ ਔਖਾ ਸੀ ਹਾਡ ਨਾ ਟੂ ਕਰੈਕ ਮਤਲਬ ਬਹੁਤ ਜ਼ਿਆਦਾ ਔਖਾ ਇਸ ਦੀ ਜਗ੍ਹਾ ਤੁਸੀਂ ਕਹਿ ਸਕਦੇ ਹੋ ਇਟ ਵਾਸ ਵੈਰੀ ਡਿਫਿਕਲਟ ਫਾਰ ਮੀ ਬਿਕਾਜ਼ ਆਈ ਈਵਨ ਡਿਡਨਟ ਨੋ ਹਾਊ ਟੂ ਪ੍ਰਪੇਅਰ ਟੀ ਕਿਉਂਕਿ ਈਵਨ ਮੈਨੂੰ ਇਹ ਵੀ ਨਹੀਂ ਪਤਾ ਸੀ ਕਿ ਟੀ ਹੈ ਜਿਹੜੀ ਚਾਹ ਉਹ ਕਿਵੇਂ ਪ੍ਰਪੇਅਰ ਕਰਦੇ ਆ ਸੋ ਇਹ ਇਹ ਮੇਰੇ ਲਈ ਬਹੁਤ ਔਖਾ ਸੀ ਕੁਕਿੰਗ ਬਾਰੇ ਬਟ ਆਫਟਰ ਰੀਅਲਾਈਜ਼ਿੰਗ ਸਮ ਟਾਈਮ ਪਰ ਕੁਝ ਟਾਈਮ ਸੋਚਣ ਤੋਂ ਬਾਅਦ ਰੀਅਲਾਈਜ਼ ਕਰਨ ਤੋਂ ਬਾਅਦ ਆਈ ਐਗਰੀਡ ਵਿਦ ਮਾਈ ਮਦਰ ਫਿਰ ਮੈਂ ਮੇਰੀ ਮਦਰ ਦੇ ਜਿਹੜਾ ਜੇ ਉਹਨਾਂ ਨੇ ਮੈਨੂੰ ਸੁਜੈਸ਼ਨ ਦਿੱਤਾ ਸੀ ਉਹਦੇ ਨਾਲ ਐਗਰੀ ਕੀਤਾ ਮੈਂ एंड मेरा डिसीज़न टू लर्न हाउ टू कुक एंड मैं डिशीजन लिया के मैं कुकिंग बारे सीखना है आई ज्वाइंट अ फेमस कुकिंग सेंटर विच इज़ ऑलमोस्ट फाइव किलोमीटर अवे फ्रॉम माई होमटाउन मैं एक फेमस कुकिंग सेंटर जॉइन किया जो कि पांच किलोमीटर दूर से मेरे होमटाउन तो एट फर्स्ट आई गॉट इक्वेंटड विद इनग्रीड्स एंड यूटेंसल विच आर यूज इन किचन फॉर प्रपेयरिंग डिफरेंट कइंस ऑफ डिशेज सब तो पहला मैं ਮੈਂ ਕਿਦੇ ਬਾਰੇ ਜਾਣੂ ਹੋਇਆ ਮੈਂ ਇਨਗਰੀਡੀਅੰਟਸ ਜਿਹੜੇ ਕਿ ਉੱਥੇ ਇਨਗਰੀਡੀਅੰਟਸ ਯੂਜ਼ ਕੀਤੇ ਜਾਂਦੇ ਐ ਐਂਡ ਜੁਟੈਂਸਲ ਜਿਹੜੇ ਬਰਤਨ ਹੁੰਦੇ ਐ ਜਿਹੜੇ ਕਿ ਕਿਚਨ ਦੇ ਵਿੱਚ ਯੂਜ਼ ਕੀਤੇ ਜਾਂਦੇ ਐ ਤਰ੍ਹਾਂ ਤਰ੍ਹਾਂ ਦੀਆਂ ਡਿਸ਼ੇਸ ਬਣਾਉਣ ਲਈ ਆਈ ਗਾਟ ਅ ਕੁਐਂਟਡ ਜਿੱਗਾ ਤੁਸੀਂ ਕਹਿੰਦੇ ਹੋ ਆਈ ਕੇਮ ਟੂ ਨੋ ਅਬਾਊਟ ਗਾਟ ਅ ਕੁਐਂਟਡ ਮਤਲਬ ਜਾਣੂ ਹੋਇਆ ਥੈਨ ਆਈ ਲਰਨਡ ਸਿੰਪਲ ਰੈਸਪੀਜ਼ ਆਫ ਇੰਡੀਅਨ ਡਿਸ਼ੇਸ ਉਸ ਤੋਂ ਬਾਅਦ ਮੈਂ ਇੰਡੀਅਨ ਡਿਸ਼ੇਸ ਦੀਆਂ ਜਿਹੜੀਆਂ ਸਿੰਪਲ ਰੈਸਪੀ ਸੀ ਉਹ ਸਿੱਖੀਆਂ ਆਈ ਪ੍ਰੈਕਟਿਸਡ ਆ ਲੋਟ ਐਂਡ ਆਫਟਰ ਕਮਿੰਗ ਹੋਮ ਆਈ ਡੇਲੀ ਮੇਡ ਸਮ ਫ ਮੈਂ ਪ੍ਰੈਕਟਿਸ ਬਹੁਤ ਕੀਤੀ ਐਂਡ ਜਦੋਂ ਘਰ ਆ ਜਾਂਦਾ ਸੀ ਮੈਂ ਕੁਕਿੰਗ ਸੈਂਟਰ ਤੋਂ ਤਾਂ ਮੈਂ ਡੇਲੀ ਫੂਡ ਬਣਾਉਂਦਾ ਹੁੰਦਾ ਸੀ ਮੇਰੀ ਫੈਮਿਲੀ ਲਈ ਵਿਥਿਨ 4 ਮੰਥਸ 4 ਮੰਥਸ ਦੇ ਵਿੱਚ ਐਂਡ ਰੈਗੂਲਰ ਪ੍ਰੈਕਟਿਸ ਆਈ ਲਰਨਡ ਅਬਾਊਟ ਕੁਕਿੰਗ 4 ਮੰਥਸ ਮੈਂ ਉੱਥੇ ਸਪੈਂਡ ਕੀਤੇ ਐਂਡ ਰੈਗੂਲਰ ਪ੍ਰੈਕਟਿਸ ਦੇ ਕਾਰਨ ਮੈਂ ਕੁਕਿੰਗ ਬਾਰੇ ਸਿੱਖ ਲਿਆ ਆਈ ਕੰਸੀਡਰ ਇਟ ਵਾਸ ਵਨ ਆਫ ਦਾ ਇੰਪੋਰਟੈਂਟ ਡਿਸੀਜਨਸ ਵਿਚ ਆਈ ਟੁਕ ਕਨ ਮਾਈ ਲਾਈਫ ਐਸ ਕੁਕਿੰਗ ਇਜ਼ ਐਨ ਐਸੈਂਸ਼ੀਅਲ ਸਕਿੱਲ ਮੈਂ ਇਹ ਕਨਸਿਡਰ ਕਰਦਾ ਕਿ ਇਹ ਮੇਰੇ ਇੰਪੋਰਟੈਂਟ ਡਿਸੀਜਨ ਦੇ ਵਿੱਚੋਂ ਸੀਗਾ ਜਿਹੜਾ ਮੈਂ ਇਹ ਲਿਆ ਸੀ ਕੁਕਿੰਗ ਬਾਰੇ ਐਂਕਿਉਂਕਿ ਕੁਕਿੰਗ ਐ ਇੱਕ ਬਹੁਤ ਜ਼ਿਆਦਾ ਜ਼ਰੂਰੀ ਸਕਿੱਲ ਐ ਐਸੈਂਸ਼ੀਅਲ ਮਤਲਬ ਵੈਰੀ ਇੰਪੋਰਟੈਂਟ ਨਾਉ ਆਮ ਪਲੈਨਿੰਗ ਟੂ ਗੋ ਅਬ੍ਰੋਡ ਫॉर ਮਾਈ ਹਾਇਰ ਐਜੂਕੇਸ਼ਨ ਸੋ ਇਟ ਵਿਲ ਡੈਫੀਨਿਟਲੀ ਹੈਲਪਫੁਲ ਫਾਰ ਮੀ ਕਿਉਂਕਿ ਮੈਂ ਹੁਣ ਪਲਾਨ ਬਣਾ ਰਿਹਾ ਅਬ੍ਰੋਡ ਜਾਣ ਦਾ ਮੇਰੇ ਹਾਇਰ ਐਜੂਕੇਸ਼ਨ ਲਈ ਸੋ ਇਹ ਮੇਰੇ ਲਈ ਪੱਕਾ ਹੀ ਹੈਲਪਫੁਲ ਹੋਵੇਗੀ ਮੋਰਓਵਰ ਬੀਇੰਗ ਅ ਫੂਡੀ ਇਸ ਤੋਂ ਇਲਾਵਾ ਫੂਡੀ ਹੋਣ ਦੇ ਕਾਰਨ ਫੂਡੀ ਮਤਲਬ ਜਿਹਨੂੰ ਖਾਣ ਪੀਣ ਆਈ ਲਵ ਟੂ ਈਟ ਵੈਰਾਈਟੀ ਆਫ ਫੂਡਸ ਮੈਨੂੰ ਵੈਰਾਈਟੀ ਆਫ ਫੂਡਸ ਤਰ੍ਹਾਂ ਤਰ੍ਹਾਂ ਦੇ ਫੂਡਸ ਖਾਣਾ ਪਸੰਦ ਹੈ ਨਾਓ ਆਈ ਮੇਡ ਅਪ ਮਾਈ ਮਾਈਂਡ ਟੂ ਕ੍ਰੀਏਟ ਮਾਈ YouTube ਚੈਨਲ ਰਿਲੇਟਡ ਟੂ ਕੁਕਿੰਗ ਹੁਣ ਮੈਂ ਇਹ ਵੀ ਆਪਣਾ ਮਨ ਬਣਾ ਲਿਆ ਮੇਡ ਅਪ ਮਾਈ ਮਾਈਂਡ ਦੀ ਹੈਗਾ ਤੁਸੀਂ ਡਿਸਾਈਡਡ ਵੀ ਕਹਿ ਸਕਦੇ ਹੋ ਹੁਣ ਮੈਂ ਆਪਣਾ ਮਾਈਂਡ ਮਤਲਬ ਕਿ ਮੈਂ ਆਪਣਾ ਮਨ ਇਹ ਬਣਾਇਆ ਕਿ ਮੈਂ YouTube ਚੈਨਲ ਕ੍ਰੀਏਟ ਕਰਨਾ ਹੈ ਕੁਕਿੰਗ ਦੇ ਰਿਲੇਟਡ ਵਿਚ ਵਿਲ ਹੈਲਪ ਮੀ ਟੂ ਅਰਨ ਮਨੀ ਜਿਹੜਾ ਜਿਹੜਾ ਕਿ ਮੈਨੂੰ ਮਨੀ ਅਰਨ ਕਰਨ ਦੇ ਵਿੱਚ ਮੇਰੀ ਹੈਲਪ ਕਰੂਗਾ ਸੋ ਥਿਸ ਇਜ਼ ਐਨ ਇੰਪੋਰਟੈਂਟ ਡਿਸੀਜਨ ਵਿਚ ਆਈ ਮੇਡ ਸੋ ਇਹ ਇੱਕ ਇੰਪੋਰਟੈਂਟ ਡਿਸੀਜਨ ਹੈ ਜਿਹੜਾ ਕਿ ਮੈਂ ਲਿਆ ਸੋ ਗਾਇ ਤੁਸੀਂ ਡਿਸਕ੍ਰਿਪਸ਼ਨ ਦੇ ਵਿੱਚ ਜਾ ਕੇ ਚੈੱਕ ਕਰ ਸਕਦੇ ਹੋ ਜਿਹੜੇ ਨਵੇਂ ਕਿਊ ਕਾਰਡਸ ਹੈ ਮਈ ਤੋਂ ਅਗਸਤ ਵਾਲੇ ਉਹ ਉੱਥਾ ਉਹਦਾ ਮੈਂ ਲਿੰਕ ਦੇ ਦਿੱਤਾ ਉਹਦੇ ਵਿੱਚ ਸੋ ਤੁਸੀਂ ਉਹ ਨਿਊ ਕਿਊ ਕਾਰਡਸ ਚੈੱਕ ਕਰ ਸਕਦੇ ਹੋ ਐਂਡ ਐਂਡ ਫੋਲੋਅਪ ਕੁਐਸਚਨ ਦਾ ਵੀ ਲਿੰਕ ਦੇ ਦਿੱਤਾ ਉਹ ਵੀ ਤੁਸੀਂ ਚੈੱਕ ਕਰ ਸਕਦੇ ਹੋ ਸੋ ਦੈਟਸ ਆਲ ਥੈਂਕਸ ਥੈਂਕਸ ਫॉर ਵਾਚਿੰਗ ਮਾਈ ਵੀਡੀਓ